ਜਿੱਥੇ ਬਾਬਾ ਪੈਰ ਧਰੇ ਪੈਰ ਧਰੇ ਪੈਰ ਧਰੇ ਪੈਰ ਧਰੇ ਜਿੱਥੇ ਬਾਬਾ 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 ਪੂਜਾ ਆਸਣ ਥਾਪਣ ਸੋ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋ ਤਾਰੇ ਛਪੇ ਤਾਰੇ ਛਪੇ ਅੰਧੇਰ ਪਲੋਵਾ ਜਿੱਥੇ ਬਾਬਾ ਸਿੱਧ ਆਸਣ ਸਭ ਜਗਤ ਦੇ ਨਾਨਕ ਯਾਦ ਮੱਥੇ ਤੇ ਗੋਵਾ ਘਰ ਘਰ ਅੰਦਰ ਧਰਮਸਾਲ ਹੋਏ ਕੀਰਤਨ ਸਦਾ ਵਸੋ ਕੀਰਤਨ ਸਦਾ
दादा होवे कीर्तन कीर्तन होवे होवे घर घर अंदर धर्म सारा साहब जी सच्चे पातशाह जी धन गुरु नानक देव महाराज जिथे जिथे बैठे जिथे जिथे गए सारे संसार दियां उदासियां कीतियां ते गुरु साहब जी जिस धरती ते भी गए जिस धरती ते कदम रखिया वो धरती भागा वाली हो गई पूजन योग हो गई। धन गुरु ग्रंथ साहब जी महाराज के जे चरण पाए हैं इस यूनिवर्सिटी के 550 साल प्रकाश दिहाड़ा मनाया हुणे ही ਤੁਸੀਂ ਦੇਖ ਰਹੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਅਤੇ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਹੋਏ ਅਤੇ ਸੰਗਤਾਂ ਨੇ ਬੜੇ ਸ਼ਰਧਾ ਅਤੇ ਭਾਵਨਾ ਦੇ ਨਾਲ ਅੱਗੇ ਹੋ ਕੇ ਜਲ ਛਿੜਕਿਆ ਦਰੀਆਂ ਵਿਛਾਈਆਂ ਅਤੇ ਭੱਜ ਭੱਜ ਕੇ ਸੇਵਾ ਕੀਤੀ। ਚੌਰ ਹੋ ਰਿਹਾ ਸੀ ਪਾਲਕੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਆਏ ਅਤੇ ਮਨ ਗਦ ਗਦ ਹੋ ਰਿਹਾ ਸੀ ਪ੍ਰਸੰਨ ਹੋ ਰਿਹਾ ਸੀ ਇਹ ਆਦਰ ਇਹ ਮਾਣ ਇਹ ਸਨਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕਿਸ ਤਰ੍ਹਾਂ ਸਿੱਖ ਕਰਦੇ ਹਨ। ਆ ਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਪੂਰਨ ਤੌਰ 'ਤੇ ਅਤੇ ਆਓ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਆਓ ਸ਼ਰਵਣ ਕਰੋ ਜੀ ਬੜੇ ਪਿਆਰ ਦੇ ਨਾਲ ਸ਼ਬਦ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। 20 ਮਿੰਟ ਵਾਸਤੇ ਕੀਰਤਨ ਦੀ ਹਾਜ਼ਰੀ ਔਰ 5 ਮਿੰਟ ਬਾਕੀ ਹੈ ਸ਼ਰਵਣ ਕਰੋ ਜੀ ਬਾਬੇ ਚਾਕ ਨੌਖੰਡ ਪ੍ਰਿਥਮੀ ਸੱਚਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ
ਸਾਰਾ